ਵਧੀਆ ਵਧੀਆ ਭਾਜੀ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਭਾਜੀ, ਬਹੁਤ ਵਧੀਆ ਬਹੁਤ ਵਧੀਆ ਭਾਜੀ, ਤੁਸੀਂ ਪਹਿਲੇ ਜੇ ਆਪਣਾ ਆਪਣਾ ਯਾਰ ਦੇ ਦਿਓ ਪੈਸੇ ਨੂੰ ਯਾਰ, ਡਾਇਰੈਕਟ ਦਿਓ ਇਹਨੂੰ। ਚਲੋ ਜੀ, ਇਹ ਤਸਵੀਰਾਂ ਟੋਲ ਪਲਾਜ਼ੇ ਦੀਆਂ ਨੇ, ਜਿੱਥੇ ਬੱਸ ਦਾ ਡਰਾਈਵਰ ਇੱਕ ਟੋਲ ਪਲਾਜ਼ੇ ਦੇ ਮੁਲਾਜ਼ਮ ਦੇ ਨਾਲ ਉਲਝ ਗਿਆ। ਦਰਅਸਲ 120 ਰੁਪਏ ਦੀ ਪਰਚੀ ਨਾ ਦੇਣ ਦੀ ਸੂਰਤ ਵਿੱਚ ਬੱਸ ਲੰਘਾਉਣ ਲੱਗਿਆ ਤਾਂ ਟੋਲ ਦੇ ਕਰਮੀਆਂ ਦੇ ਵੱਲੋਂ ਉਸ ਦੇ ਅੱਗੇ ਪੱਥਰ ਸੁੱਟ ਦਿੱਤੇ ਗਏ, ਜਿਸ ਤੋਂ ਬਾਅਦ ਕੰਮ ਵੱਧ ਗਿਆ ਔਰ 1 ਘੰਟਾ ਇੱਥੇ ਜਾਮ ਲੱਗਿਆ ਰਿਹਾ। ਫਿਰ ਕਿਤੇ ਜਾ ਕੇ ਪੁਲਿਸ ਆਈ, ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਔਰ ਟੋਲ ਮੁਲਾਜ਼ਮਾਂ ਨੂੰ 120 ਰੁਪਏ ਦੇ ਕੇ ਜਾਮ ਖੁਲਵਾਇਆ। ਕਈ ਤਸਵੀਰਾਂ ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਦੀਆਂ ਨੇ, ਬੱਸ ਦੇ ਡਰਾਈਵਰ ਦੀ ਗਲਤੀ ਦੇ ਨਾਲ ਇੱਥੇ 1 ਘੰਟਾ ਜਾਮ ਲੱਗਿਆ ਰਿਹਾ। 120 ਰੁਪਏ ਨਾ ਦੇਣ ਦੀ ਸੂਰਤ ਵਿੱਚ ਛੋਟੀ ਲਾਈਨ ਵਾਲੀ ਸਾਈਡ ਦੇ ਵਿੱਚੋਂ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਟੋਲ ਦੇ ਕਰਮਚਾਰੀਆਂ ਦੇ ਵੱਲੋਂ ਬੱਸ ਦੇ ਅੱਗੇ ਪੱਥਰ ਸੁੱਟ ਕੇ ਸਵਾਰੀਆਂ ਦੇ ਨਾਲ ਭਰੀ ਬੱਸ ਨੂੰ ਰੋਕ ਲਿਆ, ਜਿਸ ਵਜੋਂ ਉੱਥੋਂ ਲੰਘਦੀਆਂ ਸਰਕਾਰੀ ਬੱਸਾਂ ਅਤੇ ਹੋਰਨਾਂ ਡਰਾਈਵਰਾਂ ਅਤੇ ਕੰਡਕਟਰਾਂ ਨੇ ਮਾਨਾਵਾਲਾ ਟੋਲ ਪਲਾਜ਼ਾ GT ਰੋਡ ਜਾਮ ਕਰਕੇ ਰੋਸ ਦਰਜ ਕੀਤਾ। ਇਸ ਦੌਰਾਨ ਦੂਰ ਦੁਰਾਡੇ ਤੋਂ ਆਈਆਂ ਸਵਾਰੀਆਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹਾਈਵੇ ਤੋਂ ਗੁਜ਼ਰਦੀ ਹੋਈ ਇੱਕ ਐਂਬੂਲੈਂਸ ਵੀ ਇਸ ਜਾਮ ਦੇ ਵਿੱਚ ਕਸੂਤੀ ਫਸ ਗਈ। ਕਾਫੀ ਸਮਾਂ ਬਾਅਦ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚੇ, ਜਿਨ੍ਹਾਂ ਨੇ ਇਸ ਜਾਮ ਨੂੰ ਖੁਲਵਾਇਆ ਔਰ ਬੱਸ ਦੇ ਕੰਡਕਟਰ ਤੋਂ ਟੋਲ ਕਰਮਚਾਰੀਆਂ ਨੂੰ ਪੈਸੇ ਦਿੱਤੇ ਗਏ, ਜਿਸ ਤੋਂ ਬਾਅਦ ਇਹ ਲੰਮਾ ਜਾਮ ਖੋਲ੍ਹਿਆ ਗਿਆ। SI ਪ੍ਰਭਜੀਤ ਸਿੰਘ, ਹਾਈਵੇ 'ਤੇ ਮੇਰੀ ਡਿਊਟੀ ਆ, ਅਤੇ ਇੱਥੇ ਕੋਈ ਟੋਲ ਪਲਾਜ਼ਾ ਮਾਨਾ ਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ, ਮਾਨਾ ਵਾਲਿਆਂ ਟੋਲ ਇਹਨਾਂ ਟੋਲ ਵਾਲਿਆਂ ਦਾ, ਅਤੇ ਉਹ ਪੈਸੇ ਨਹੀਂ ਕਰਾ ਰਹੇ ਬੱਸ ਵਾਲੇ। 120 ਰੁਪਏ ਦਾ ਮੈਟਰ ਸੀ, ਉਹਨੂੰ 120 ਰੁਪਏ ਦਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਅਤੇ ਆਵਾਜਾਈ ਜਿਹੜੀ ਚਾਲੂ ਠੀਕ ਕਰਾਤੀ ਹੈ। ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ, ਬਸ 5-7 ਮਿੰਟ 'ਚ ਮੈਟਰ ਸੋਲਵ ਕਰਦਾ, ਹੁਣ ਸੋਲਵ ਹੋ ਗਿਆ ਤਾਂ ਆਵਾਜਾਈ ਚੱਲ ਪਈ ਆ ਠੀਕ ਦਰੁਸਤ ਢੰਗ ਨਾਲ। ਉਹ ਆਸ ਵੇਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ, ਮੈਂ ਆ ਕੇ ਠੀਕ ਕਰਾਤਾ ਜੀ। ਮੈਨੂੰ ਕਾਲ ਆਈ ਸੀ, ਕੰਟਰੋਲ ਤੋਂ ਕਾਲ ਆਈ ਸੀ, ਕਾਲ ਆਉਣ 'ਤੇ ਮੈਂ ਜਸਟ 5 ਮਿੰਟ 'ਤੇ ਪਹੁੰਚ ਗਿਆ ਜੀ, ਅਤੇ ਆ ਕੇ ਮਸਲਾ ਜਿਹੜਾ ਸੋਲਵ ਕਰਤਾ ਅਤੇ ਆਵਾਜਾਈ ਟਰੈਫਿਕ ਓਕੇ। ਵਧੀਆ ਵਧੀਆ ਭਾਜੀ, ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਭਾਜੀ, ਬਹੁਤ ਵਧੀਆ ਬਹੁਤ ਵਧੀਆ ਭਾਜੀ, ਤੁਸੀਂ ਪਹਿਲੇ ਜੇ ਆਪਣਾ ਆਪਣਾ ਯਾਰ ਦੇ ਦਿਓ ਪੈਸੇ ਨੂੰ ਯਾਰ, ਡਾਇਰੈਕਟ ਦਿਓ ਇਹਨੂੰ। ਚਲੋ ਜੀ, ਇਹ ਤਸਵੀਰਾਂ ਟੋਲ ਪਲਾਜ਼ੇ ਦੀਆਂ ਨੇ, ਜਿੱਥੇ ਬੱਸ ਦਾ ਡਰਾਈਵਰ ਇੱਕ ਟੋਲ ਪਲਾਜ਼ੇ ਦੇ ਮੁਲਾਜ਼ਮ ਦੇ ਨਾਲ ਉਲਝ ਗਿਆ। ਦਰਅਸਲ 120 ਰੁਪਏ ਦੀ ਪਰਚੀ ਨਾ ਦੇਣ ਦੀ ਸੂਰਤ ਵਿੱਚ ਬੱਸ ਲੰਘਾਉਣ ਲੱਗਿਆ ਤਾਂ ਟੋਲ ਦੇ ਕਰਮੀਆਂ ਦੇ ਵੱਲੋਂ ਉਸ ਦੇ ਅੱਗੇ ਪੱਥਰ ਸੁੱਟ ਦਿੱਤੇ ਗਏ, ਜਿਸ ਤੋਂ ਬਾਅਦ ਕੰਮ ਵੱਧ ਗਿਆ ਔਰ 1 ਘੰਟਾ ਇੱਥੇ ਜਾਮ ਲੱਗਿਆ ਰਿਹਾ। ਫਿਰ ਕਿਤੇ ਜਾ ਕੇ ਪੁਲਿਸ ਆਈ, ਦੋਵੇਂ ਧਿਰਾਂ ਨੂੰ ਸ਼ਾਂਤ ਕਰਵਾਇਆ ਔਰ ਟੋਲ ਮੁਲਾਜ਼ਮਾਂ ਨੂੰ 120 ਰੁਪਏ ਦੇ ਕੇ ਜਾਮ ਖੁਲਵਾਇਆ।
ਇਹ ਤਸਵੀਰਾਂ ਅੰਮ੍ਰਿਤਸਰ ਦੇ ਮਾਨਾਵਾਲਾ ਟੋਲ ਪਲਾਜ਼ਾ ਦੀਆਂ ਨੇ। ਬੱਸ ਦੇ ਡਰਾਈਵਰ ਦੀ ਗਲਤੀ ਦੇ ਨਾਲ ਇੱਥੇ 1 ਘੰਟਾ ਜਾਮ ਲੱਗਿਆ ਰਿਹਾ। 120 ਰੁਪਏ ਨਾ ਦੇਣ ਦੀ ਸੂਰਤ ਵਿੱਚ ਛੋਟੀ ਲਾਈਨ ਵਾਲੀ ਸਾਈਡ ਦੇ ਵਿੱਚੋਂ ਬੱਸ ਲੰਘਾਉਣ ਦੀ ਕੋਸ਼ਿਸ਼ ਕੀਤੀ ਗਈ, ਪਰੰਤੂ ਟੋਲ ਦੇ ਕਰਮਚਾਰੀਆਂ ਦੇ ਵੱਲੋਂ ਬੱਸ ਦੇ ਅੱਗੇ ਪੱਥਰ ਸੁੱਟ ਕੇ ਸਵਾਰੀਆਂ ਦੇ ਨਾਲ ਭਰੀ ਬੱਸ ਨੂੰ ਰੋਕ ਲਿਆ, ਜਿਸ ਵਜੋਂ ਉੱਥੋਂ ਲੰਘਦੀਆਂ ਸਰਕਾਰੀ ਬੱਸਾਂ ਅਤੇ ਹੋਰਨਾਂ ਡਰਾਈਵਰਾਂ ਅਤੇ ਕੰਡਕਟਰਾਂ ਨੇ ਮਾਨਾਵਾਲਾ ਟੋਲ ਪਲਾਜ਼ਾ GT ਰੋਡ ਜਾਮ ਕਰਕੇ ਰੋਸ ਦਰਜ ਕੀਤਾ। ਇਸ ਦੌਰਾਨ ਦੂਰ ਦੁਰਾਡੇ ਤੋਂ ਆਈਆਂ ਸਵਾਰੀਆਂ ਨੂੰ ਵੀ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ। ਹਾਈਵੇ ਤੋਂ ਗੁਜ਼ਰਦੀ ਹੋਈ ਇੱਕ ਐਂਬੂਲੈਂਸ ਵੀ ਇਸ ਜਾਮ ਦੇ ਵਿੱਚ ਕਸੂਤੀ ਫਸ ਗਈ। ਕਾਫੀ ਸਮਾਂ ਬਾਅਦ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਇੱਥੇ ਪਹੁੰਚੇ, ਜਿਨ੍ਹਾਂ ਨੇ ਇਸ ਜਾਮ ਨੂੰ ਖੁਲਵਾਇਆ ਔਰ ਬੱਸ ਦੇ ਕੰਡਕਟਰ ਤੋਂ ਟੋਲ ਕਰਮਚਾਰੀਆਂ ਨੂੰ ਪੈਸੇ ਦਿੱਤੇ ਗਏ, ਜਿਸ ਤੋਂ ਬਾਅਦ ਇਹ ਲੰਮਾ ਜਾਮ ਖੋਲ੍ਹਿਆ ਗਿਆ। SI ਪ੍ਰਭਜੀਤ ਸਿੰਘ, ਹਾਈਵੇ 'ਤੇ ਮੇਰੀ ਡਿਊਟੀ ਆ, ਅਤੇ ਇੱਥੇ ਕੋਈ ਟੋਲ ਪਲਾਜ਼ਾ ਮਾਨਾਵਾਲੇ ਕੋਈ ਪਰਚੀ ਕੱਟਣ ਤੋਂ ਇਹਨਾਂ ਨਾਲ ਵਿਵਾਦ ਹੋ ਗਿਆ ਸੀ, ਮਾਨਾਵਾਲਿਆ ਟੋਲ ਇਹਨਾਂ ਟੋਲ ਵਾਲਿਆਂ ਦਾ, ਅਤੇ ਉਹ ਪੈਸੇ ਨਹੀਂ ਕਰਾ ਰਹੇ ਬੱਸ ਵਾਲੇ। 120 ਰੁਪਏ ਦਾ ਮੈਟਰ ਸੀ, ਉਹਨੂੰ 120 ਰੁਪਏ ਦਵਾ ਕੇ ਉਹਨਾਂ ਦੀ ਪਰਚੀ ਕਟਾ ਕੇ ਅਤੇ ਆਵਾਜਾਈ ਜਿਹੜੀ ਚਾਲੂ ਠੀਕ ਕਰਾਤੀ ਹੈ। ਬੱਸ ਰੋਡਵੇ ਪੰਨ ਬੱਸ ਰੋਡਵੇ ਦੀ ਬੱਸ ਇਹ ਆ ਰਹੀ ਸੀ ਜਲੰਧਰ ਤੋਂ ਅੰਮ੍ਰਿਤਸਰ ਜਾਣੀ ਸੀ, ਬਸ 5-7 ਮਿੰਟ 'ਚ ਮੈਟਰ ਸੋਲਵ ਕਰਦਾ, ਹੁਣ ਸੋਲਵ ਹੋ ਗਿਆ ਤਾਂ ਆਵਾਜਾਈ ਚੱਲ ਪਈ ਆ ਠੀਕ ਦਰੁਸਤ ਢੰਗ ਨਾਲ। ਉਹ ਆਸ ਵੇਦੀ ਮੇਰੇ ਆਉਣ ਤੋਂ ਪਹਿਲਾਂ ਹੋ ਗਿਆ, ਮੈਂ ਆ ਕੇ ਠੀਕ ਕਰਾਤਾ ਜੀ। ਮੈਨੂੰ ਕਾਲ ਆਈ ਸੀ, ਕੰਟਰੋਲ ਤੋਂ ਕਾਲ ਆਈ ਸੀ, ਕਾਲ ਆਉਣ 'ਤੇ ਮੈਂ ਜਸਟ 5 ਮਿੰਟ 'ਤੇ ਪਹੁੰਚ ਗਿਆ ਜੀ, ਅਤੇ ਆ ਕੇ ਮਸਲਾ ਜਿਹੜਾ ਸੋਲਵ ਕਰਤਾ ਅਤੇ ਆਵਾਜਾਈ ਟ੍ਰੈਫਿਕ ਓਕੇ।